ਉਹ ਜੋ ਤੁਹਾਨੂੰ ਮੇਰੇ ਲਈ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦਾ ਨਾਮ ਰਿੰਮੀ ਸਿੰਮੀ ਮੰਨੋ ਹੋ ਸਕਦਾ ਸੀ ਪਰ ਉਹਨਾਂ ਦੇ ਘਰਦਿਆਂ ਨੇ ਬਿਲਕੁਲ ਨਹੀਂ ਰੱਖਿਆ ਉਹ ਕੁੜੀ ਬਹੁਤ ਹੀ ਸੋਹਣੀ ਤੇ ਚਿਬ ਕਰਦਾ ਮੁੰਡਾ ਆ ਜਾਓ ਮਿਲੋ ਨੇ ਪਾਪੂਲਰ ਨੇ ਇਹਨੇ ਜਿੰਨੀ ਪੰਜਾਬ ਦੇ ਵਿੱਚ ਨਹਿਰ ਨੀਲੋ ਮੇਰੇ ਨਾਲ ਖੜੇ ਨੇ ਨੀਰੂ ਬਾਜਵਾ ਤੇ ਬੀਨੂ ਢਿੱਲੋ ਸਤਿ ਸ਼੍ਰੀ ਅਕਾਲ ਭਾਜੀ ਵਰਕਸ਼ਾਪ ਲਾਈਆਂ ਨਹੀਂ ਜੀ ਮੈਂ ਸੋਚਿਆ ਮੈਂ ਮੈਥਡ ਐਕਟਿੰਗ ਕਰਕੇ ਆਪ ਹੀ ਪ੍ਰੈਗਨੈਂਟ ਹੋ ਜਾਂਦੀ ਕੰਮ ਸੌਖਾ ਹੋ ਜਾਊਗਾ ਸੋ ਮੈਂ ਫਿਲਮ ਵਿੱਚ ਐਕਚੁਅਲੀ 8 ਮੰਥਸ ਪ੍ਰੈਗਨੈਂਟ ਸੀ ਜਦੋਂ ਮੈਂ ਫਿਲਮ ਬਣਾਈ ਆਪਣੇ ਆਪ ਸਮਾਈਲ ਰਹਿੰਦੀ ਆ ਹੁਣ ਜਿਹੜਾ ਕਰੈਕਟਰ ਆ ਮੂਵੀ ਚ ਉਹ ਚ ਤੁਸੀਂ ਸਾਰੇ ਚ ਮਤਲਬ ਐ ਕਿ ਔਖੇ ਰਹਿਣਾ ਹਨਾ ਬਿਲਕੁਲ ਨਹੀਂ ਇਹ ਬਿਲਕੁਲ ਸੀਰੀਅਸ ਫਿਲਮ ਨਹੀਂ ਤੁਸੀਂ ਦੱਸੋ ਸੀਰੀਅਸ ਫਿਲਮ ਨਹੀਂ ਹੈਗੀ ਸੀਰੀਅਸ ਫਿਲਮ ਨਹੀਂ ਹੈ ਤੁਹਾਨੂੰ ਲੱਗਦਾ ਵੀ ਹਾਰਡਕੋਰ ਹੈ ਸੀਰੀਅਸ ਹੈ ਟ੍ਰੇਲਰਸ ਉਹਦਾਂ ਦੇ ਆ ਰਹੇ ਨੇ ਟੋਟਲ ਡਿਫਰੈਂਟ ਮੂਵੀ ਹੈ ਪਰ ਇਟਸ ਅ ਲਾਈਟ ਹਾਰਟਡ ਮੂਵੀ ਪਰ ਸੱਚੀ ਟ੍ਰੇਲਰ ਦੇਖ ਕੇ ਐ ਲੱਗਦਾ ਕਿ ਯਾਰ ਹੋ ਯਾਰ ਕਿੰਨਾ ਮਾਰ ਲੈ ਕੇ ਜਾਇਓ ਵੀ ਰੋਣੇ ਜਾਂ ਜਾ ਕੇ ਇਹ ਸਸਪੈਂਸ ਫਿਲਮ ਹੈ ਤੇ ਆਬਵੀਅਸਲੀ ਜਿਹੜੀ ਨੈਚੁਰਲੀ ਇਹ ਦੋਨੋਂ ਕੈਰੈਕਟਰਸ ਬਹੁਤ ਇਨੋਸੈਂਟ ਨੇ ਪਿੰਡੂ ਲੋਕ ਜੇ ਇਹਨਾਂ ਨੂੰ ਕੈਨੇਡਾ ਵਿੱਚ ਤੁਸੀਂ ਪਾ ਦੋ ਤਾਂ ਉਹ ਜਿਹੜੀ ਨੈਚੁਰਲ ਸਿਚੁਏਸ਼ਨ ਨੈਚੁਰਲ ਕਾਮੇਡੀ ਹੁੰਦੀ ਆ ਉਹ ਸਾਡੀ ਕਾਮੇਡੀ ਸਿਚੁਏਸ਼ਨਲ ਕਾਮੇਡੀ ਮਤਲਬ ਭਾਜੀ ਤੁਸੀਂ ਕਰ ਰਹੇ ਸਿਚੁਏਸ਼ਨਲ ਕਾਮੇਡੀ ਹੈ ਕਾ ਤੇ ਮੈਨੂੰ ਜਦੋਂ ਤੁਹਾਡਾ ਟ੍ਰੇਲਰ ਦੇਖੀ ਤਾਂ ਨਾ ਐ ਲੱਗਦਾ ਸਾਰਾ ਕੁਝ ਐ ਹੋਗਾ ਅਸੀਂ ਹਸਾਵਾਂਗੇ ਵੀ ਰੁਵਾਵਾਂਗੇ ਵੀ ਦੋਵੇਂ ਕੰਮ ਹੋਣਗੇ ਆਲਰਾਈਟ ਅੱਛਾ ਮੈਮ ਤੁਸੀਂ ਕਦੀ ਆਪਣੀ ਰੀਅਲ ਲਾਈਫ ਦੇ ਵਿੱਚ ਝੂਠ ਬੋਲਦੇ ਹੋ ਅਕਸਰ ਮਤਲਬ ਬੋਲ ਹੀ ਲੈਂਦੀਆਂ ਕੁੜੀਆਂ ਦਾ ਆਦਤ ਪੈ ਜਾਂਦੀ ਹੈ ਨਾ ਥੋੜੀ ਥੋੜੀ ਕਰਕੇ ਪਰ ਤੁਸੀਂ ਅਕਸਰ ਬੋਲਣਾ ਮੈਂ ਕੋਈ ਐਸਾ ਝੂਠ ਜਿਹੜਾ ਤੁਹਾਨੂੰ ਐ ਲੱਗਦਾ ਕਿ ਯਾਰ ਇਹ ਮੈਨੂੰ ਜ਼ਰੂਰੀ ਹੈ ਬੋਲਣਾ ਕਦੀ ਕਦੀ ਜਦੋਂ ਅਸੀਂ ਫਿਲਮਾਂ ਕਰਦੇ ਹਾਂ ਕੁਝ ਫਿਲਮਾਂ ਨਹੀਂ ਅੱਛੀਆਂ ਹੁੰਦੀਆਂ ਸਾਨੂੰ ਅੰਦਰੋਂ ਪਤਾ ਹੁੰਦਾ ਪਰ ਫਿਰ ਵੀ ਝੂਠ ਬੋਲ ਕੇ ਇਹ ਗੱਲ ਇਹ ਮੇਰਾ ਨੈਕਸਟ ਕੁਐਸਚਨ ਇਹ ਸੀ ਕਿ ਕਿਹੜੀ ਐਸੀ ਫਿਲਮ ਆ ਜਿਹਨੂੰ ਤੁਹਾਨੂੰ ਪਤਾ ਸੀ ਕਿ ਨੀਰੂ ਸਿਰਫ ਤੂੰ ਇਹ ਫਿਲਮ ਪੈਸੇ ਲਈ ਕਰ ਰਹੀ ਹੈ ਇਹ ਫਿਲਮ ਚੱਲਣੀ ਨਹੀਂ ਹੈ ਇਦਾਂ ਦੀ ਮੈਂ ਬੋਲਦਾ ਕਈ ਇਹੋ ਜਿਹੀਆਂ ਫਿਲਮਾਂ ਨੇ ਬਟ ਠੀਕ ਆ ਪਿੰਕੀ ਮੋਗੇ ਵਾਲੀ ਤੇ ਤਿਆਰ ਕਰ ਰਹੇ ਫੋਟੋ ਖਿਚਾਉਣ ਪੈਣੀ ਉਹਨਾਂ ਨਾਲ ਤੇ ਉਹ ਬੰਦਾ ਕਹੇ ਭਾਜੀ ਮੈਨੂੰ ਦੱਸੋ ਕਿ ਖੱਬੇ ਮਤਲਬ ਜਾ ਕੇ ਉਹ ਐਡਰੈਸ ਆਉਣਾ ਜਾਂ ਸੱਜੇ ਜਾ ਕੇ ਏਦਾਂ ਦਾ ਨਹੀਂ ਹੋਇਆ ਇੱਕ ਵਾਰੀ ਏਦਾਂ ਜ਼ਰੂਰ ਹੁੰਦਾ ਕਿਉਂਕਿ ਐਟੀਟਿਊਡ ਹੁੰਦਾ ਜਦੋਂ ਪੜ੍ਹਦੇ ਸੀ ਸਾਡੇ 'ਚ ਬਹੁਤ ਕਿਸੇ ਨੂੰ ਕੁਛ ਨਹੀਂ ਸਮਝਦਾ ਹੁੰਦਾ ਤਾਂ ਹਮੇਸ਼ਾ ਵਿੱਚੋਂ ਨਾ ਇੱਕ ਨੈਗੇਟਿਵ ਪਾਵਰ ਜੀ ਹੁੰਦੀ ਹੈ ਕਿਸੇ ਨਾ ਕਿਸੇ ਪੰਜ ਜਾਣੇ ਹੋਣ ਤਾਂ ਇੱਕ ਬੰਦਾ ਥੋੜ੍ਹਾ ਆਪਦੇ ਆਪ ਨੂੰ ਸਮਝਦਾ ਹੁੰਦਾ ਥੋੜ੍ਹਾ ਘੈਂਟ ਜਿਹਾ ਹਨਾ ਪੰਜ ਛੇ ਬੰਦੇ ਆਪ ਹੀ ਆਉਣਗੇ ਪਹਿਲਾਂ ਆਪ ਆਉਣਗੇ ਬਾਈ ਜੀ ਫੋਟੋ ਖਿਚਾਉਣੀ ਬਾਈ ਜੀ ਫੋਟੋ ਖਿਚਾਉਣੀ ਤਾਂ ਇੱਕ ਬੰਦਾ ਫੜ ਲਿਆ ਫੜਾਓ ਕੈਮਰਾ ਜਿਹੜੀ ਐਟੀਟਿਊਡ ਦਾ ਫੜਾ ਕੈਮਰਾ ਚੱਲ ਖੜਾ ਲੈ ਚੱਲ ਤੂੰ ਵੀ ਖਿਚਾ ਲੈ ਚੱਲ ਆ ਤੂੰ ਵੀ ਖਿਚਾ ਲੈ ਚਾਰਾਂ ਦੀ ਹੋਈ ਜਦੋਂ ਉਹਦੀ ਆਪਦੀ ਵਾਰੀ ਹੁੰਦੀ ਹੈ ਪਤਾ ਕੀ ਉਹਨੂੰ ਕਹਿਣਗੇ ਚੱਲ ਤੂੰ ਵੀ ਖਿਚਾ ਲੈ ਛੱਡ ਹਨਾ ਐਗਜੈਕਟਲੀ ਔਰ ਅੱਛਾ ਜਿਹੜੀ ਇੱਕ ਬੁਰੀ ਗੱਲ ਇਸ ਫਿਲਮ ਲਈ ਬੁਰੀ ਨਹੀਂ ਮੈਨੂੰ ਚੰਗੀ ਲੱਗਦੀ ਹੈ ਸ਼ਾਇਦ ਲੋਕਾਂ ਨੂੰ ਬੁਰੀ ਲੱਗਦੀ ਹੈ ਕਿ ਇਹ ਲੱਗਦਾ ਰੀਮੇਕ ਆ ਮਤਲਬ ਮੈਨੂੰ ਫੀਲ ਗੁੱਡ ਹੁੰਦਾ ਜੇ ਸੱਚੀ ਰੀਮੇਕ ਆ ਰੀਮੇਕ ਨਹੀਂ ਹੈਗਾ ਨਹੀਂ ਰੀਮੇਕ ਨਹੀਂ ਹੈਗਾ ਰੀਮੇਕ ਨਹੀਂ ਹੈਗਾ ਟੋਟਲੀ ਡਿਫਰੈਂਟ ਕਨਸੈਪਟ ਹੈ ਮਤਲਬ ਕੁਝ ਲੋਕ ਇਹ ਸੋਚਦੇ ਨੇ ਕਿ ਇਹ ਸਾਰੇ ਪਾਇਆ ਕਹਾਣੀ ਦਾ ਹਾਂ ਪਾਇਆ ਇਹ ਸਿਰਫ ਸਿਮਿਲਰਿਟੀ ਇੰਨੀ ਹੈ ਇਹ ਪ੍ਰੈਗਨੈਂਟ ਹੈ ਤੇ ਉਹ ਜੋ ਵਿਦਿਆ ਬਾਲਨ ਪ੍ਰੈਗਨੈਂਟ ਸੀਗੀ ਤਾਂ ਉਹ ਸਿਮਿਲਰਿਟੀ ਹੈ ਉਸ ਚੀਜ਼ ਨੂੰ ਲੈ ਕੇ ਇੱਕ ਜਰਨੀ ਹੈ ਸਾਡੀ ਟੋਟਲੀ ਡਿਫਰੈਂਟ ਫਿਲਮ ਹੈ ਉਹਦੇ ਨਾਲ ਕਹਿੰਦੇ ਇਹਦੇ ਵਿੱਚ ਇਸ ਫਿਲਮ 'ਚ ਬਹੁਤ ਵੱਡਾ ਸਰਪ੍ਰਾਈਜ਼ ਵੀ ਹੈਗਾ ਹਾਂਜੀ ਕੀ ਉਹ ਜਿਹੜਾ ਸਰਪ੍ਰਾਈਜ਼ ਆ ਉਹਨੂੰ ਲੋਕੀ ਪਹਿਲਾਂ ਸਾਰੇ ਜਾਣਦੇ ਜਾਂ ਨਹੀਂ ਜਾਣਦੇ ਹਿੰਟ ਦੇ ਦਿੰਦੇ ਆਪਾਂ ਮੇਰੇ ਖਿਆਲ 'ਚ ਨਹੀਂ ਜਾਣਦੇ ਕਿ ਪਰ ਹੁਣ ਪਤਾ ਨਹੀਂ ਹੁੰਦਾ ਆ ਇਦਾਂ ਕਿੱਦਾਂ ਹੋ ਸਕਦਾ ਨਹੀਂ ਨਹੀਂ ਪੱਕੀ ਗੱਲ ਸਰਪ੍ਰਾਈਜ਼ ਤਾਂ ਓਬਵੀਅਸਲੀ ਥੋੜਾ ਮੋਟਾ ਜਾਣਦੇ ਹਿੰਟ ਦੇ ਦਿੰਦੇ ਨਾ ਬਹੁਤ ਸਮਾਰਟ ਹੋ ਗਏ ਤੁਹਾਨੂੰ ਦੇਤਾ ਤਾਂ ਅੱਛਾ ਚਲੋ ਠੀਕ ਹੈ ਰਹਿਣ ਦਿੰਦੇ ਅੱਛਾ ਜੀ ਵਾਪਸ ਮੈਂ ਮੈਮ ਇੱਕ ਵਰਡ ਦੇ ਵਿੱਚ ਤੁਸੀਂ ਡਿਸਕ੍ਰਾਈਬ ਕਰਨਾ ਓਕੇ ਠੀਕ ਹੈ ਜੀ ਫੇ ਭਾਈ ਤੁਸੀਂ ਵੀ ਮੇਰੇ ਵਾਲਾ ਤਾਂ ਰਹਿਣ ਹੀ ਨਹੀਂ ਕੋਲ ਪੰਗੇ ਵਾਲਾ ਕੰਮ ਇਧਰ ਹੀ ਪੁੱਛੀ ਜਾਂਦੇ ਨਹੀਂ ਨਹੀਂ ਸੌਖਾ ਮੈਂ ਤੇਰੇ ਨਾਲ ਹੀ ਹਾਂ ਵੀਜੇ ਅੱਛਾ ਭਾਈ ਮੇਰੇ ਨਾਲ ਓਏ ਬਹੁਤ ਬਹੁਤ ਸੌਖਾ ਸਵਾਲ ਮੂਵੀਜ਼ ਐਂਟਰਟੇਨਮੈਂਟ ਮੈਰਿਜ ਲਾਈਫ ਫਰੈਂਡ ਹਸਬੰਡ ਕੀ ਬਾਤ ਹੈ ਮੂਲੀਆਂ ਦੇ ਪਰੌਂਠੇ ਮੇਰੇ ਫੇਵਰੇਟ ਅਰੇ ਸੱਚੀ ਸੱਚੀ ਮੇਰੇ ਫੇਵਰੇਟ ਆ ਬੀਜੇ ਰੰਦਾਵਾ ਤੁਹਾਡੇ ਨਾਲ ਹਮੇਸ਼ਾ ਚੰਗਾ ਅੱਛਾ ਭਾਈ ਤੁਹਾਡੀ ਵਾਰੀ ਵਨ ਵਰਡ ਚ ਡਿਸਕ੍ਰਾਈਬ ਕਰਨਾ ਵਾਲ
ਵਾਲ ਹਾਂ ਜ਼ਿੰਦਗੀ ਦਾ ਸਾਰਾ ਕੁਝ ਇਹਦੇ ਕੋਲੇ ਨਹੀਂ ਹੁੰਦਾ ਉਹ ਪਤਾ ਇੰਡਸਟਰੀ ਇੰਡਸਟਰੀ ਸਾਰਾ ਕੁਝ ਸਿੰਗਰ ਹੁਣ ਇਹ ਨਾ ਕਹਦੇ ਸਾਰਾ ਕੁਝ ਕੀ ਚੀਜ਼ ਕੈਂਟ ਰੀਡ ਐਕਟਰ ਐਕਟਰ ਇੱਕ ਜਜ਼ਬਾ ਛਿੱਤਰ ਕਦੇ ਵੀ ਨਾ ਪੈਣ ਆਲਰਾਈਟ ਅੱਜ ਮੈਂ ਇੱਕ ਗੇਮ ਆ ਛੋਟੀ ਜੀ ਥੋੜੇ ਮੈਂ ਹੈੱਡਫੋਨ ਲਾਉਂਗਾ ਜੀ ਓਕੇ ਮਿਊਜ਼ਿਕ ਚੱਲੂਗਾ ਓਕੇ ਤੇ ਤੁਸੀਂ ਗੈਸ ਕਰਨਾ ਮੈਂ ਕੀ ਬੋਲਦਾ ਪਿਆ ਓਕੇ ਠੀਕ ਆ ਆਪਾਂ ਖੇਡਣ ਲੱਗੇ ਇੱਕ ਗੇਮ ਨੀਰੂ ਮੈਮ ਦੇ ਕੰਨਾਂ 'ਚ ਲਾ ਦਿੱਤੇ ਆਪਾਂ ਹੈੱਡਫੋਨ ਉੱਤੇ ਚੱਲੂਗਾ ਮਿਊਜ਼ਿਕ ਤੇ ਫਿਰ ਮੈਮ ਗੈਸ ਕਰਨਗੇ ਕਿ ਮੈਂ ਕੀ ਬੋਲਦਾ ਜੇ ਉਹਨਾਂ ਨੇ ਸਹੀ ਗੈਸ ਕੀਤਾ ਤੇ ਜੋ ਉਹ ਕਹਿਣਗੇ ਉਹ ਮੈਂ ਕਰੂੰਗਾ ਪਰ ਜੇ ਨਹੀਂ ਸਹੀ ਕੀਤਾ ਫਿਰ ਜੋ ਮੈਂ ਕਹੂੰਗਾ ਫਿਰ ਉਹ ਕਰਨਗੇ ਓ ਮਾਈ ਗੁੱਡਨੈਸ ਠੀਕ ਹੈ ਜੀ ਮੈਨੂੰ ਬਾਜੀ ਤੁਸੀਂ ਸੁਣੋਗਾ ਇਹ ਲਾਓ ਲੋ ਓਕੇ ਠੀਕ ਲੱਗ ਗਿਆ ਬਾਂਦਰ ਬ੍ਰਦਰ ਹਾਂ ਵੈਰੀ ਗੁੱਡ ਵੈਰੀ ਗੁੱਡ ਆਲਰਾਈਟ ਮੈਨੂੰ ਬੀਜੇ ਰੰਧਾਵਾ ਮੈਨੂੰ 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 ਬਿੰਨੂ ਹਾਂ ਬਹੁਤ ਚੰਗੇ ਬੰਦੇ ਨਹੀਂ ਹੈ ਬਹੁਤ ਬਹੁਤ ਚੰਗੇ ਬੰਦੇ ਨਹੀਂ ਗਏ ਆਹ ਤਾਂ ਸੁਣ ਗਿਆ ਸੁਣ ਗਿਆ ਆਹ ਤਾਂ ਸੁਣ ਗਿਆ ਵੈਰੀ ਬੈਡ ਆਲਰਾਈਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਬਿੰਨੂ ਭਾਈ ਦੇ ਨਾਲ ਆਪਾਂ ਸੇਮ ਖੇਡਣੀ ਮੈਨੂੰ ਦੇ ਦਾ ਹਾਂ ਹਾਂ ਗਿਵ ਗਿਵ ਹਿਮ ਆ ਤੂੰ ਸੁਣ ਗਿਆ ਸੀ ਨਾ ਪਤਾ ਨਹੀਂ ਸੁਣ ਗਿਆ ਸੀ ਸੁਣ ਗਿਆ ਸੀ ਮੈਂ ਤਾਂ ਬਹੁਤ ਬਹੁਤ ਵਧੀਆ ਪੜ ਲੈਂਦਾ ਯਾਰ ਮੈਂ ਵੀ ਸੌਰੀ ਠੀਕ ਹੈ ਮਾੜੀ ਸੋਚ ਚੱਲਦਾ ਪਿਆ ਨਾ ਮਾੜੀ ਸੋਚ ਕਦੇ ਘੱਟ ਨਾ ਕਰ ਲਿਓ ਪੂਰੀ ਹੈ ਮਾੜੀ ਸੋਚ ਮਾੜੀ ਸੋਚ ਮਾੜੀ ਸੋਚ ਕੀ ਬਾਤ ਮੈਨੂੰ ਮੈਨੂੰ ਬਿੰਨੂ ਹਾਂ ਮੈਨੂੰ ਮੈਨੂੰ ਮੈਂ ਹਾਂ ਮੈਨੂੰ ਮੈਨੂੰ ਹਾਂ ਤੁਹਾਨੂੰ ਨੀਰੂ ਬਾਜਵਾ ਜੀ ਨੀਰੂ 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 ਬਾਜਵਾ 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 ਚੈਨੋ 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 ਦੋਨੋਂ ਜਾਣੇ ਜਿੱਤ ਗਏ ਨੇ ਤੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਮੈਂ ਮਜ਼ਾਕ 'ਚ ਕਹੀ ਸੀ ਕਿ ਜੋ ਇਹ ਕਹਿਣਗੇ ਉਹ ਮੈਂ ਕਰਨਾ ਆਲਰਾਈਟ ਆਲਰਾਈਟ ਇੱਕ ਚੀਜ਼ ਜਿਹੜੀ ਭਾਈ ਦੀ ਤੁਹਾਨੂੰ ਚੰਗੀ ਨਹੀਂ ਲੱਗਦੀ ਇਹਨਾਂ ਦਾ ਫੋਨ ਪਰ ਚੰਗੀ ਗੱਲ ਦੇਖੋ ਉਹਨਾਂ ਦਾ ਕਹਿਣਾ ਉਹ ਕਿਸੇ ਦੀ ਕਾਲ ਮਿਸ ਨਹੀਂ ਕਰਦੇ ਤੁਸੀਂ ਕਿਸੇ ਦਾ ਨਹੀਂ ਚੁੱਕਦੇ ਫੋਨ ਜੀ ਜਦੋਂ ਕੰਮ ਮੈਂ ਸੈੱਟ ਦੇ ਉੱਤੇ ਆਪਦਾ ਫੋਨ ਨਹੀਂ ਰੱਖਦੇ ਮਤਲਬ ਹੁਣ ਚੰਗੀ ਗੱਲ ਕੀ ਹੈ ਮੈਨੂੰ ਇਹ ਦੱਸੋ ਕਿ ਮੈਂ ਤੁਹਾਡੇ ਤੋਂ ਕੀ ਸਿੱਖਾਂ ਕਿ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਨਹੀਂ ਮੈਂ ਤਾਂ ਰੱਖੂਗਾ ਕੋਈ ਚੱਕਰ ਨਹੀਂ ਆਲਰਾਈਟ ਇੱਕ ਚੀਜ਼ ਜਿਹੜੀ ਨੀਰੂ ਮੈਮ ਦੀ ਤੁਹਾਨੂੰ ਚੰਗੀ ਨਹੀਂ ਲੱਗਦੀ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਬੜਾ ਡਿਫਰੈਂਟ ਕੰਮ ਕੀ ਕਹਿ ਸਕਦੇ ਕਿ ਜਿੰਨੀਆਂ ਫਿਲਮਾਂ ਅੱਜ ਤੱਕ ਤੁਸੀਂ ਕੀਤੀਆਂ ਇਹ ਬੈਸਟ ਸੀ ਟੋਟਲੀ ਡਿਫਰੈਂਟ ਮਤਲਬ ਉਦਾਂ ਵੀ ਲਾਗੇ ਖੜੇ ਨਹੀਂ ਲਾਗੇ ਵਾਲੀ ਤੋਂ ਕਿਹੜਾ ਸੱਚੀ ਬੈਸਟ ਨਹੀਂ ਭਾਜੀ ਰੀਅਲ ਨੇ ਜਿੱਦਾਂ ਤੁਸੀਂ ਥੋੜਾ ਥੋੜਾ ਚੇਂਜ ਕਰ ਜਾਂਦੇ ਹੁੰਦੇ ਨਾ ਲਾਗੇ ਬੰਦੇ ਦੇ ਖੜੇ ਦਾ ਨਾਮ ਲੈ ਲੈਂਦੇ ਨੇ ਨਹੀਂ ਮੈਂ ਸਿੱਧੀ ਵੱਡੀ ਗੱਲ ਤੁਸੀਂ ਵੱਡੀ ਗੱਲ ਦੇਖੀ ਮੈਂ ਪ੍ਰਮੋਸ਼ਨ ਵਗੈਰਾ ਤੇ ਬਹੁਤ ਘੱਟ ਜਾਂਦਾ ਹੀ ਨਹੀਂ 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 ਭਾਜੀ ਮੈਂ ਤੁਹਾਡੇ ਨਾਲ ਆ ਮੈਂ ਮੈਮ ਦੀ ਗੱਲ ਦੱਸ ਰਿਹਾ ਤੇ ਜਿਹੜੇ ਕੋ-ਸਟਾਰ ਨਾਲ ਆਉਂਦੇ ਨੇ ਮੈਂ ਕਹਾਂ ਜੀ ਕਿਹੜਾ ਕੋ-ਸਟਾਰ ਚੰਗਾ ਲੱਗਦਾ ਕਹਿੰਦੇ ਜੀ ਇਹੀ ਚੰਗਾ ਤੇ ਬਾਅਦ ਚ ਇੱਕ ਦਿਨ ਕੀ ਹੋਇਆ ਜਿੰਮੀ ਭਾਜੀ ਨਾਲ ਖੜੇ ਹਨਾ ਮੈਂ ਕਹਾਂ ਜੀ ਕਿਹੜੇ ਕੋ-ਸਟਾਰ ਚੰਗੇ ਨੇ ਕਹਿੰਦੇ ਜਿੰਮੀ ਭਾਜੀ ਮੈਂ ਕਹਾਂ ਪਿਛਲੀ ਵਾਰ ਤੁਸੀਂ ਗੁਰਦਾਸ ਮਾਨ ਜੀ ਕਿਹਾ ਸੀ ਉਹ ਕਹਿੰਦੇ ਉਹ ਅੱਛਾ ਅੱਛਾ ਚੱਲ ਗੁਰਦਾਸ ਮਾਨ ਜੀ ਚੇਂਜ ਵੀ ਕਰ ਲੈਂਦੇ ਨੇ ਸੋ ਆਲਰਾਈਟ ਕੋਈ ਇਦਾਂ ਦਾ ਕ੍ਰਿਟਿਸਿਜ਼ਮ ਮੈਮ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਵਰਸਟ ਤੁਹਾਨੂੰ ਲੱਗੇ ਕਿ ਇਹ ਤਾਂ ਯਾਰ ਮੈਂ ਜਮੀ ਇਦਾਂ ਨਹੀਂ ਕੀਤਾ ਸੀ ਮੈਨੂੰ ਆਈ ਡੋਂਟ ਨੋ ਆਡੀਅੰਸ ਤੋਂ ਤੇ ਪ੍ਰੈਸ ਤੋਂ ਵੀ ਮੀਡੀਆ ਤੋਂ ਵੀ ਹਮੇਸ਼ਾ ਹੀ ਸਪੋਰਟ ਹੀ ਮਿਲੀ ਆ ਕੋਈ ਕ੍ਰਿਟਿਸਿਜ਼ਮ ਕਦੇ ਕਦੇ ਮੈਨੂੰ ਆਏ ਲੱਗਦਾ ਕਿ ਜਦੋਂ ਕੋਈ ਬਹੁਤ ਹੀ ਨੈਗੇਟਿਵ ਬੰਦਾ ਹੁੰਦਾ ਦੇ ਸੇ ਦੈਟ ਆਮ ਟੂ ਓਲਡ ਤੇ ਮੈਨੂੰ ਰਿਟਾਇਰ ਕਰਨਾ ਚਾਹੀਦਾ ਦੈਟਸ ਬੈਡ ਕਿਉਂਕਿ ਮੈਂ ਆਈ ਥਿੰਕ ਇਟਸ ਰੀਲੀ ਹਿਪੋਕ੍ਰਿਟਿਕਲ ਕਿਉਂਕਿ ਬਾਲੀਵੁੱਡ ਦੇ ਵਿੱਚ ਤੁਸੀਂ ਕਰੀਨਾ ਕਪੂਰ ਪ੍ਰਿਯੰਕਾ ਚੋਪੜਾ ਨੂੰ ਅਜੇ ਵੀ ਦੇਖ ਰਹੇ ਹੋ ਆਈ ਐਮ ਸਟਿਲ ਯੰਗਰ ਦੈਨ ਇੱਕ ਸਾਲ ਯੰਗਰ ਦੈਨ ਕਰੀਨਾ ਕਪੂਰ ਸੋ ਆਈ ਡੋਂਟ ਥਿੰਕ ਇਟਸ ਫੇਅਰ ਇਹ ਗੱਲ ਨਹੀਂ ਮੈਨੂੰ ਪਸੰਦ ਆਈ ਐਗਰੀ ਕਰਦੇ ਹੋ ਤੁਸੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਔਰ ਐਡੀ ਵਧੀਆ ਐਕਟਰਸ ਹੈ ਵੀ ਨਹੀਂ
ਸਾਡੇ ਕੋਲੇ ਪੰਜਾਬ ਨਿਊਜ਼ ਬਾਜਵਾ ਦਾ ਬਦਲ ਨਹੀਂ ਹੈਗਾ ਅਜੇ ਤੱਕ ਪੰਜਾਬੀ ਇੰਡਸਟਰੀ ਕੋਲ। ਐਗਜ਼ੈਕਟਲੀ ਕੀ ਬਾਤ ਹੈ, ਮੈਂ ਕੰਪਲੀਮੈਂਟ ਦੋ ਵੱਲੋਂ। ਅੱਛਾ ਮੈਂ ਕਿਹਾ ਮੇਰਾ ਕੋਈ ਥੈਂਕ ਯੂ ਨਹੀਂ, ਭਾਜੀ ਨੇ ਕਹਿ ਤੇ ਥੈਂਕ ਯੂ ਭਾਜੀ। ਮੈਂ ਆਈ ਸੈਡ ਥੈਂਕ ਯੂ ਥੈਂਕ ਯੂ ਥੈਂਕ ਯੂ। ਠੀਕ ਹੈ ਓਕੇ ਨੂੰ ਥੋੜੀ ਵਾਰੀ ਵਰਸਟ ਅਜੇ ਤੱਕ ਕ੍ਰਿਟਿਸਿਜ਼ਮ ਤੁਹਾਡਾ ਕੀ? ਮੇਰਾ ਤਾਂ ਯਾਰ ਇਹ ਹੁੰਦਾ ਜਦੋਂ ਮੈਨੂੰ ਕੋਈ, ਮੈਂ ਤਾਂ ਹਰੇਕ ਹਰੇਕ ਪਾਸੇ ਹਰੇਕ ਦੀ ਸਪੋਰਟ ਕਰਦਾ, ਪਰ ਇੱਕੋ ਗੱਲ ਹੈ ਜਦੋਂ ਮੈਨੂੰ ਕਹਿੰਦੇ ਨੇ ਵੀ ਇਹਨੇ ਫਿਲਮ ਚੋਂ ਕਢਾਤਾ, ਮੈਨੂੰ ਬੜਾ ਬੁਰਾ ਲੱਗਦਾ। ਮੈਂ ਕਹਿੰਦਾ ਕਿਸੇ ਨੂੰ ਫਿਲਮ ਚ ਕਢਾਈ ਨਹੀਂ ਸਕਦਾ ਔਰ ਕਿਸੇ ਦੀ ਔਕਾਤ ਨਹੀਂ ਹੁੰਦੀ ਕਿਸੇ ਦਾ ਕੰਮ ਖੋਣਾ, ਉਹ ਪਰਮਾਤਮਾ ਨੇ ਕੰਮ ਦੇਣਾ ਜਿਹੜਾ ਤੁਹਾਡੇ ਪੱਲੇ ਆ ਜਾਂ ਤੁਹਾਡੇ ਕਿਸਮਤ ਚ ਲਿਖਿਆ ਹੋਇਆ ਮਿਲ ਹੀ ਜਾਣਾ ਤੁਹਾਨੂੰ। ਕੋਈ ਕਿਸੇ ਨੂੰ ਕਢਾ ਨਹੀਂ ਸਕਦਾ ਜ਼ਿੰਦਗੀ ਚੋਂ, ਕੋਈ ਕਿਸੇ ਥਾਂ ਤੋਂ ਕੋਈ ਹਟਾ ਨਹੀਂ ਸਕਦਾ। ਸੋ ਗੁੱਡ, ਸੋ ਗੁੱਡ। ਇਹ ਤਾਂ ਮੈਂ ਆਪਦੇ ਬਾਰੇ ਵੀ ਸੁਣਿਆ ਕਿ ਮੈਂ ਦੂਜੇ ਐਕਟ੍ਰੈਸਸ ਨੂੰ ਕੰਮ ਨਹੀਂ ਕਰਦੀ ਕਰ ਦਿੰਦੀ। ਉਹਦੇ ਕਿਹੜੇ ਉਹਦੇ ਕਿਹੜੇ ਹੋ ਜਾਂਦਾ ਹੈ ਨਾ ਜਿੱਦਾਂ ਤੁਸੀਂ? ਨਹੀਂ ਨਹੀਂ, ਦੋਨੋਂ ਬਹੁਤ ਚੰਗੇ ਇਨਸਾਨ ਆ ਮੈਮ। ਮੇਰੇ ਖਿਆਲ ਮੈਨੂੰ ਲੱਗਦਾ 5 ਵਾਰੀ ਮੇਰੇ ਕੋਲ ਆ ਗਏ ਨਾ ਇੰਟਰਵਿਊ ਲਈ। ਭਾਜੀ ਵੀ ਸੇਮ, ਮੈਨੂੰ ਨਹੀਂ ਲੱਗਦਾ ਤੁਸੀਂ ਇਦਾਂ ਦੇ ਆ ਗਏ। ਮੈਮ ਕੋਈ ਭਾਜੀ ਜਿੱਦਾਂ ਹੁਣ ਬਹੁਤ ਚੰਗੇ ਵੀ ਹੈਗੇ ਨੇ, ਤੁਹਾਨੂੰ ਲੱਗਦਾ ਕਿ ਭਾਜੀ ਜਦੋਂ ਫਿਲਮ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਜਿਹੜਾ ਫਿਲਮ ਦਾ ਹੀਰੋ ਉਹ ਦੇਖਦਾ ਨਹੀਂ? ਮੈਨੂੰ ਲੱਗਦਾ ਕਿ ਬਿੰਨੂ ਭਾਜੀ ਬਹੁਤ ਹੀ ਪਾਵਰਫੁਲ ਪਰਫਾਰਮਰ ਨੇ ਤੇ ਕਈ ਵਾਰ ਸਾਡੀ ਇੰਡਸਟਰੀ ਵਿੱਚ ਬਹੁਤ ਸਾਰੀ ਇਨਸਿਕਿਉਰਿਟੀਜ਼ ਨੇ। ਹਾਂ, ਤੇ ਮੈਨੂੰ ਲੱਗਦਾ ਕਿ ਬਿੰਨੂ ਭਾਜੀ ਨੂੰ ਕਿਤੇ ਨਾ ਕਿਤੇ ਕਦੀ ਨਾ ਕਦੀ ਇਹਨਾਂ ਨੂੰ ਆਊਟਸ਼ਾਈਨ ਨਹੀਂ ਹੋਣ ਦਿੰਦੇ ਤੇ ਇਹਨਾਂ ਦਾ ਰੋਲ ਕੱਟਿਆ ਜਾਂਦਾ ਜਾਂ ਇਹਨਾਂ ਨੂੰ ਪਿੱਛੇ ਥੋੜ੍ਹਾ ਰੱਖਿਆ ਜਾਂਦਾ, ਵਿੱਚ ਇਜ਼ ਬੈਡ ਕਿਉਂਕਿ ਆਡੀਅੰਸ ਤੇ ਮੈਂ ਵੀ ਇਹਨਾਂ ਦੀ ਬਹੁਤ ਵੱਡੀ ਫੈਨ ਹਾਂ ਕਿਉਂਕਿ ਜਦੋਂ ਇਹ ਫਿਲਮ ਅਸੀਂ ਕੰਸੀਵ ਕੀਤੀ ਸੀ, ਸੱਚੀ ਗੱਲ ਦੱਸਾਂ ਜੇ ਬਿੰਨੂ ਭਾਜੀ ਦੇ ਡੇਟਸ ਨਹੀਂ ਅਵੇਲੇਬਲ ਹੁੰਦੇ ਤਾਂ ਅਸੀਂ ਇਹ ਫਿਲਮ ਨਹੀਂ ਬਣਾਉਂਦੇ ਕਿਉਂਕਿ ਇਹਨਾਂ ਦੀ ਰਿਪਲੇਸਮੈਂਟ ਸੱਚ ਆਈ ਸਵੇਅਰ ਔਨ ਮਾਈ ਚਾਈਲਡ ਇਹਨਾਂ ਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ ਇੰਡਸਟਰੀ। ਭਾਈ ਤੁਹਾਨੂੰ ਕਦੀ ਇਹਦਾ ਰਿਗਰੈਟ ਫੀਲ ਹੋਇਆ ਤੁਹਾਡੇ ਨਾਲ ਇਦਾਂ ਜਦੋਂ ਕੋਈ ਧੱਕਾ ਕਰਦੇ? ਐਕਚੁਅਲੀ ਪਤਾ ਕੀ, ਜੇਕਰ ਹੁਣ ਕਈ ਹੁਣ ਮੈਂ ਲੇਟਲੀ ਮੂਵੀਜ਼ ਕੀਤੀਆਂ ਨੇ, ਹੁਣ ਦੋ ਜਿਹੜੇ ਗੈਸਟ ਐਕਸਪੀਰੀਅੰਸਸ ਹੈਗੇ ਨੇ, ਜਿਹੜਾ ਹੁਣ ਮੇਰਾ ਰਿਲੇਸ਼ਨ ਹੈ ਜਿੱਦਾਂ ਵਿਜੇ ਮਿੱਤੇ ਨਾਲ, ਮੇਰਾ ਇੱਦਾਂ ਹੈਗਾ ਜਿੱਦਾਂ ਆਪਣਾ ਖੁੱਲ੍ਹੇ ਖੁੱਲ੍ਹੇ ਦਿਲ ਨਾਲ ਜਿੱਦਾਂ ਤੁਸੀਂ ਕਹਿੰਦਾ ਇੱਕ ਵਾਰੀ, ਫਿਰ ਮੈਨੂੰ ਦੂਜੀ ਵਾਰੀ ਜਵਾਬ ਦੇਣਾ ਬੜਾ ਔਖਾ ਹੁੰਦਾ। ਤੁਸੀਂ ਕਹਿ ਦਿਓ ਵੀ ਹਾਂ ਮੇਰੇ ਯਾਰ ਇੱਕ ਉਹ 'ਚ ਗੈਸਟ ਐਕਸਪੀਰੀਅੰਸ ਕਰ ਜਾ ਜਾਂ ਉੱਦਾਂ ਕਰ ਜਾ, ਜਿਹੜੇ ਨੋਨ ਹੈਗੇ ਮੇਰੇ, ਇੱਕ ਤਾਂ ਦੂਜੇ ਨਾਲੋਂ ਮੇਰੇ ਪੈਸਾ ਘਟਾ ਕੇ ਰਾਜ਼ੀ ਨੇ ਵੀ ਦੂਜੇ, ਤੈਨੂੰ ਪੈਸਾ ਵੀ ਨਹੀਂ ਦੇਣਾ ਤਾਂ ਰੋਲ ਵੀ ਏਡਾ ਦੇਣਾ। ਮੈਂ ਕਿਹਾ ਮੈਨੂੰ ਜਾਂ ਤਾਂ ਰੋਲ ਤਾਂ ਦੇ ਦਿਓ, ਜਾਂ ਤਾਂ ਸਾਡੇ ਇੰਡਸਟਰੀ ਸਿੱਧੀ ਗੱਲ ਹੈ, ਜਾਂ ਤਾਂ ਧਨ ਹੋਵੇ ਜਾਂ ਕਹਿੰਦੇ ਧਨ ਧਨ ਹੋਵੇ, ਕੁਛ ਤਾਂ ਹੋਵੇ ਨਾ। ਉਹ ਦੋਨਾਂ ਪਾਰਟਸ ਦੇ ਵਿੱਚੋਂ ਬਸ ਇਕੱਲਾ ਨੌ ਯੂਜ਼ ਕਰਨ ਵਾਲੀ ਗੱਲ ਕਰਦੇ ਨੇ, ਫਿਰ ਉਹ ਆਪਦੇ ਆਪ ਨੂੰ। ਭਾਈ ਤੁਸੀਂ ਫਿਰ ਇੱਥੇ ਕਿਉਂ ਨਹੀਂ, ਤੁਸੀਂ ਬਾਲੀਵੁੱਡ ਜਾਂ ਅੱਗੇ ਜਾਂਦੇ ਕਿਉਂ ਨਹੀਂ, ਮਤਲਬ ਉੱਥੇ ਕਿਉਂ ਨਹੀਂ ਜਾਂਦੇ? ਠੀਕ ਹੈ, ਮੈਂ ਦੋ ਤਿੰਨ ਮੂਵੀਜ਼ ਕੀਤੀਆਂ ਨੇ, ਪਰ ਉਸ ਤੋਂ ਬਾਅਦ ਆਫਰਸ ਆ ਰਹੀਆਂ ਨੇ, ਪਰ ਗੁੱਡ ਆਫਰ ਨਹੀਂ ਹੈਗੀ ਕੋਈ। ਕੈਂਡ ਕਰਨੀ ਭਾਈ, ਜਾਂ ਜਿਹੜੀ ਹੁਣ 60 ਡੇਟ ਮੰਗਦੇ ਨੇ, ਉਹ 60 ਡੇਟਸ ਦੇ ਵਿੱਚ ਸਮਝ ਲਓ ਸਲਮਾਨ ਖਾਨ ਦੀਆਂ ਡੇਟਸ ਹੈ ਨਹੀਂ, ਉਹਨਾਂ ਵਿੱਚੋਂ ਇੱਕ ਇੱਕ ਦੋ ਦਿਨ ਲਈ ਆਉਣਾ। ਮੈਂ ਰਾਜਸਥਾਨ ਬਿਠਾਇਆ ਹੋਇਆ ਤਾਂ ਉਹ ਮੈਨੂੰ ਲੱਗਦਾ ਫਾਇਦਾ ਕੋਈ ਨਹੀਂ ਉਸ ਚੀਜ਼ ਦਾ, ਹੈ ਨਾ। ਤਾਂ ਮੈਂ ਜਿਹੜੇ ਕਹਿੰਦੇ ਹਰ ਪੱਕੀ ਦੇਖ ਕੇ ਕੱਚੀ ਨਹੀਂ ਢਾਈ। ਨਹੀਂ ਭਾਜੀ, ਆਈ ਵਿਸ਼ ਯੂ ਲੱਕ। ਕੱਚੀ ਉਹ ਮੇਰੀ ਪੱਕੀ ਵਰਗੀ ਹੈ, ਇੱਥੇ ਇੰਨਾ ਮੈਨੂੰ ਪਿਆਰ ਦਿੱਤਾ ਇਸ ਇੰਡਸਟਰੀ ਨੇ, ਮੇਰੀ ਜ਼ੁਬਾਨ ਆ, ਮੇਰਾ ਇੱਥੇ ਕੰਟਰੋਲ ਹੈ, ਸੋ ਮੈਨੂੰ ਮੈਨੂੰ ਲੱਗਦਾ। ਨਹੀਂ ਨਹੀਂ ਭਾਜੀ, ਜਿੰਨੇ ਦੇਖ ਰਹੇ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਬਹੁਤ ਬੈਸਟ ਵਿਸ਼ਿਸ ਭਾਜੀ, ਤੁਸੀਂ ਛਾ ਜਾਣਾ, ਜਿੱਦਣ ਵੀ ਬਾਬਾ ਤੁਹਾਨੂੰ ਤਰੱਕੀ ਦੇਵੇ ਤੁਸੀਂ ਟੌਪ ਤੇ ਜਾਓਗੇ। ਥੈਂਕ ਯੂ ਸਰ, ਇਹਨਾਂ ਕਰਕੇ ਸਭ ਚਾਹਣ ਵਾਲੇ ਕਰਕੇ ਤੁਹਾਡੇ ਕਰਕੇ ਵੀ ਜੀ। ਕੀ ਬਾਤ ਹੈ ਚੰਨੋ, ਮੈਂ ਚੰਨੋ ਇਦਾਂ ਦਾ ਟੌਪਿਕ ਹੈ ਕਿ ਜਦੋਂ ਤੁਸੀਂ ਫਿਲਮ ਦੇਖਦੇ ਹੋ ਹਮੇਸ਼ਾ ਪੰਜਾਬ 'ਚ ਸੋਚਿਆ ਜਾਂਦਾ ਕਿ ਇਸ ਫਿਲਮ ਦੇ ਵਿੱਚ ਹਾਸਾ ਹੈ ਨਹੀਂ, ਟ੍ਰੇਲਰ ਟ੍ਰੇਲਰ, ਕਿ ਇਸ ਫਿਲਮ 'ਚ ਇੰਨਾ ਹਾਸਾ ਤਾਂ ਦੇਖ ਕੇ ਆਉਣੀ ਆਉਣੀ ਹੈ ਯਾਰ, ਹੈ ਨਾ। ਚੰਨੋ ਥੋੜ੍ਹਾ ਡਿਫਰੈਂਟ ਆ ਅਤੇ ਥੋੜ੍ਹਾ ਰਿਸਕ ਵੀ ਹੋ ਜਾਂਦਾ ਜਦੋਂ ਚੰਨੋ ਵਰਗੀ ਫਿਲਮ ਆਉਂਦੀ ਹੈ। ਤੁਸੀਂ ਸੋਚਦੇ ਹੋ ਕਿ ਕਿਹੜੀ ਆਡੀਅੰਸ ਨੂੰ ਦੇਖਣ ਜਾਊਗੀ, ਕਿਉਂਕਿ ਟਾਰਗੇਟ 15 ਤੋਂ ਲੈ ਕੇ 60 ਸਾਲ ਦਾ ਹਰ ਬੰਦਾ, ਮਤਲਬ ਜਿੰਨੇ ਵੀ ਚਾਹੁੰਦੇ ਸਾਰੇ ਦੇਖਣੇ ਜ਼ਰੂਰੀ ਆ। ਸੋ ਤੁਹਾਨੂੰ ਇਹ ਰਿਸਕ ਕਿੰਨਾ ਕੁ ਮਹਿਸੂਸ ਹੁੰਦਾ ਕਿ ਰਿਸਕ ਹੈਗਾ, ਜਾਂ ਤੁਹਾਨੂੰ ਐਂ ਲੱਗਦਾ ਕਿ ਇਹ ਬਹੁਤ ਵਧੀਆ ਚੀਜ਼ ਹੈ ਕਿ ਜਿਹੜੇ ਸਾਰੇ ਦੇਖਣ ਜਾਣਗੇ? ਹੁਣ ਸਾਡਾ ਕੌਨਫੀਡੈਂਸ ਵੱਧ ਗਿਆ ਕਿਉਂਕਿ ਸਾਨੂੰ ਇਹ ਪਤਾ ਸੀ ਕਿ ਅਸੀਂ ਬਹੁਤ ਅੱਛੀ ਫਿਲਮ ਬਣਾਈ ਹੈ। ਬਟ ਮੈਨੂੰ ਥੋੜ੍ਹੀ ਜਿਹੀ ਐਪਰੀਹੈਂਸ਼ਨ ਸੀ ਕਿ ਜਦੋਂ ਪ੍ਰੋਮੋ ਆਊਗਾ ਤਾਂ ਆਡੀਅੰਸ ਦਾ ਰਿਐਕਸ਼ਨ ਕੀ ਹੋਗਾ, ਬਟ ਰਿਐਕਸ਼ਨ ਬਹੁਤ ਘੈਂਟ ਆ ਜ਼ਬਰਦਸਤਾ। ਤੇ ਆਈ ਮੀਨ ਤੁਸੀਂ ਵੀ ਯੰਗ, ਤੁਸੀਂ ਯੰਗਰ ਜਨਰੇਸ਼ਨ, 5 ਲੱਖ ਵਿਊ ਹੋਣੇ, ਉਹ ਵੀ ਜੈਨੂਅਨ ਹੋਣੇ। ਹਾਂ ਮੈਂ ਮੈਂ ਜੈਨੂਅਨ ਹੋਣੇ, ਜੀ ਨੂੰ ਸਭ ਪਤਾ, ਉਹ ਉਹ ਬਹੁਤ ਵੱਡੀ ਗੱਲ ਆ। ਮਤਲਬ ਮੈਨੂੰ ਲੱਗਦਾ ਕਿ ਇਹਨੂੰ ਸੁਪਰ ਹਿੱਟ ਹੋਣੋਂ ਕੋਈ ਨਹੀਂ ਰੋਕ ਸਕਦਾ। ਲਾਸਟ ਦੇ ਵਿੱਚ ਹੁਣ ਲਾਸਟ ਦੇ ਵਿੱਚ ਜਦੋਂ ਮਤਲਬ ਇੰਨੇ ਐਕਸਪੀਰੀਅੰਸ ਤੁਸੀਂ ਵੀ ਖੜੇ ਹੋ, ਤੁਸੀਂ ਵੀ ਖੜੇ ਹੋ, ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਭਾਜੀ, ਕਿਹੜੀ ਇੱਕ ਚੀਜ਼ ਜਿਹੜੀ ਕੁੜੀਆਂ ਨੂੰ ਮੁੰਡਿਆਂ ਬਾਰੇ ਪਤਾ ਹੋਣੀ ਬਹੁਤ ਜ਼ਰੂਰੀ ਹੈ? ਉਹਨਾਂ ਦੀ ਜਿਹੜੀ ਅਸਲ ਅਸਲ ਜਿਹੜਾ ਹੁੰਦਾ ਸੱਚ, ਉਹਨਾਂ ਦੀ ਓਨੈਸਟੀ ਕਿੰਨੀ ਕਹੋ ਆਪਦੇ ਆਪ ਨੂੰ ਫੀਲ ਤਾਂ ਹਰੇਕ ਬੰਦੇ ਨੂੰ ਆਉਂਦਾ, ਪਰ ਆਪਾਂ ਕਈ ਵਾਰੀ ਪਰਦਾ ਨਹੀਂ ਪਾ ਲੈਂਦੇ ਆਪਦੀਆਂ ਅੱਖਾਂ ਮੂਹਰੇ, ਜੀ ਜੀ ਜੀ, ਹੈ ਨਾ। ਸਾਰਾ ਕੁਝ ਇੰਨਾ, ਤੁਸੀਂ ਪਿਆਰ ਤਾਂ ਤੁਹਾਨੂੰ ਘਰੋਂ ਸਾਰਿਆਂ ਨੂੰ ਬੜਾ ਵਧੀਆ ਮਿਲਦਾ ਹੁੰਦਾ, ਪਰ ਇੱਕ ਟੀਨ ਜਿਹੜੀ ਹੁੰਦੀ ਹੈ ਉਹ ਇੱਦਾਂ ਦੀ ਏਜ ਹੁੰਦੀ ਹੈ, ਜਦੋਂ ਵੀ ਜਾਂ ਕੁੜੀਆਂ ਦੇ ਲਾ ਲਓ, ਮੁੰਡੇ ਦੇ ਲਾ ਲਓ, ਸੇਮ ਥਿੰਗ, ਉਦੋਂ ਘਰੋਂ ਘਰੋਂ ਬਾਹਰੋਂ ਜਦੋਂ ਪਿਆਰ ਮਿਲਦਾ ਨਾ, ਕਿਉਂ ਘਰ ਦੇ ਨੇ ਤਾਂ ਹਮੇਸ਼ਾ ਸਹੀ ਗੱਲ ਦੱਸਦੇ, ਸਹੀ ਗੱਲ ਵਧੀਆ ਲੱਗਦੀ, ਤਾਂ ਬਾਹਰਲੀ ਚੀਜ਼ ਬੜੀ ਵਧੀਆ ਲੱਗਦੀ ਹੈ, ਉਹਨਾਂ ਤਾਂ ਸਿਰਫ ਚੋਕਲੇਟ ਰਸਗੇ, ਅੱਛਾ ਕੀ ਹੋ ਗਿਆ, ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਫਿਰ ਉਹ, ਪਰ
क्योंकि हिट होगी ना पाजी फिर पंजाबी इंडस्ट्री का जो देखने का नजरिया बदल जाए सोचे सोचते एक बनाई है भी इदा का कुछ हो जाए तो टोटली डिफरेंट बनाई है बहुत ऑनेस्टी बनाई है और बहुत सारे दिल देख नहीं भाई 9X टशन का पैग मैं जिन्हें भी लोग साढ़े शो में देखते सारे थोड़े नाल ने मैं चाहना कि जिन्नी मेहनत तुसी कीती है उहदा फल तुहानू जरूर मिले वाहेगुरु थैंक यू सो मच मैम थैंक यू भाजी थैंक यू मैम थैंक यू भाजी थैंक यू इज गोना मेक मी क्राई इनी तारीफ कर रही और यू कीप एंजॉयिंग टच ऑन द बैग थैंक यू